ਗੱਲ ਕੁਛ ਨਹੀਂ, ਇਹ ਨਾ ਕਿੰਨੇ ਦਿਨਾਂ ਤੋਂ ਨਾ ਤੰਗ ਪਰੇਸ਼ਾਨ ਬਹੁਤ ਕਰਦਾ ਸੀਗਾ, ਤੇ ਮਤਲਬ ਇਦਾਂ ਹੀ ਫੋਨ ਮੈਸੇਜ WhatsApp ਤੇ ਨਾ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ, ਬਲੈਕਮੇਲ ਕਰਦਾ ਤੇ ਸੀਗਾ। ਕਾਫੀ ਚੀਜ਼ਾਂ ਤੋਂ ਮਤਲਬ ਇਦਾਂ ਇਮੋਸ਼ਨਲ ਬਲੈਕਮੇਲ ਬਹੁਤ ਕਰਦਾ ਪਿਆ ਸੀਗਾ, ਤੇ ਫਿਰ ਮੈਂ ਇਹਨੂੰ ਅੱਜ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ, ਇਹਨੇ ਬੁਲਾਇਆ ਨਾ ਆਪਾਂ ਨੂੰ? ਤੇ ਇਹਨੇ ਬੁਲਾਇਆ ਫੋਨ ਕਰਕੇ ਨਾ, ਤੇ ਫਿਰ ਮੈਂ ਆਈ ਤੇ ਇਹਨੇ ਮੈਨੂੰ ਉਤੋਂ ਇਹ WhatsApp ਕੋਲ ਆ ਕੇ ਸਾਨੂੰ ਜਦੋਂ ਫੋਨ ਕਰਦੇ WhatsApp ਕੋਲ ਲਗਾਉਂਦਾ ਸੀਗਾ, ਤੇ ਕਦੀ ਕਦੀ ਸਨੈਪਚੈਟ ਤੇ ਕੋਲ ਲਗਾਉਂਦਾ ਸੀਗਾ, ਕਦੀ ਸਨੈਪਚੈਟ ਤੇ ਕਦੀ WhatsApp ਕੋਲ ਲਗਾਉਂਦਾ ਸੀਗਾ ਇਹ ਕਿ ਮੇਰੇ ਕੋਲ ਤੁਹਾਡੇ ਕੋਈ ਪ੍ਰੂਫ ਆ, ਮੈਂ ਮੀਡੀਆ 'ਚ ਦੇਣੇ ਆ ਜਾਂ ਇੱਦਾਂ ਕਰ ਦੇਣੀ ਉੱਦਾਂ ਕਰ ਦੇਣੀ ਆ, ਮਤਲਬ ਕਿ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ। ਤੇ ਅੱਜ ਨਾ ਇਹਨੇ ਕਿਹਾ ਕਿ ਕਹਿੰਦਾ ਮੈਂ ਲਿੱਦੜਾ ਪੁਲਿਸ ਥੱਲੇ ਖੜਾ, ਤੁਸੀਂ ਉੱਥੇ ਆਓ। ਤੇ ਉੱਥੇ ਜੋਤੀ ਜੀ ਗਏ, ਮੈਨੂੰ ਦੱਸਿਆ ਨਹੀਂ ਘਰੋਂ ਇਹਨਾਂ ਨੇ, ਉੱਥੇ ਜਦੋਂ ਗਏ ਇਹਨਾਂ ਨੇ ਬਦਤਮੀਜ਼ੀ ਕਰਨ ਲੱਗ ਪਿਆ ਇਹ, ਤੇ ਨਾਲ ਇਹਦੇ ਚਾਰ ਮੁੰਡੇ ਸੀ ਹੋਰ ਆਲਟੋ ਗੱਡੀ 'ਚ, ਇਹ ਨਹੀਂ ਪਤਾ ਸਾਨੂੰ ਕੌਣ ਸੀਗੇ, ਅਣਪਛਾਤੇ ਬੰਦੇ ਸੀਗੇ, ਸਾਨੂੰ ਪਛਾਣ ਨਹੀਂ ਹੋਏ। ਮੁੜ ਕੇ ਜਦੋਂ ਜੋਤੀ ਜੀ ਨੇ ਮੈਨੂੰ ਫੋਨ ਕੀਤਾ, ਮੈਂ ਉੱਥੇ ਲੱਗ ਗਿਆ, ਮੇਰੇ ਦੋ ਮੁੰਡੇ ਸੀਗੇ, ਮੈਂ ਉਹਨਾਂ ਨੂੰ ਭੇਜਿਆ, ਇਹਨੇ ਉਹਨਾਂ ਨੂੰ ਦੇਖ ਕੇ ਆਪਣੀ ਗੱਡੀ ਚੜਾ ਲਈ, ਤੇ ਇਹਦੀ ਗੱਡੀ ਦਾ ਵੇਰਕਾ ਮੈਨੂੰ ਪਤਾ ਲੱਗ ਗਿਆ, ਟਾਇਰ ਪੜ ਗਿਆ, ਗੱਡੀ ਟਰੱਕ ਦੇ ਵਿੱਚ ਹਿੱਟ ਹੋਈ, ਤੇ ਉੱਥੇ ਟਾਇਰ ਪੜ ਗਿਆ। ਮੁੜ ਕੇ ਪਠਾਨਕੋਟ ਚੌਂਕ ਲੱਗੇ ਇਹਦੀ ਗੱਡੀ ਰੋਕ ਲਈ ਇਹਨੇ ਆਪੇ, ਜੋ ਟਾਇਰ ਪੱਟਾ ਗੱਡੀ ਚੱਲੀ ਨਹੀਂ, ਟਾਇਰ ਪੱਟੇ ਦੀ ਗੱਡੀ ਚਲਾਉਂਦਾ ਰਿਹਾ ਹੈ, ਤੇ ਟਾਇਰ ਪੱਟੇ ਦੀ ਉਹ ਗੱਡੀ ਨੇ ਰੋਕੀ ਆ। ਸਾਡੇ ਮੁੰਡੇ ਨੇ ਬੈਂਸ ਆਏ ਹੱਥੋਂ ਪਈ, ਉਹਨਾਂ ਥੱਲੇ ਦੰਦੀਆਂ ਵੱਡੀਆਂ ਮੁੰਡੇ ਦੇ ਨੇ, ਠੀਕ ਆ, ਇਹਦੇ ਕਰ ਉਹਨੇ ਇਹਨੇ ਕਿਰਪਾਨ ਵੀ ਕੱਟ ਕੇ ਮਾਰੀ ਸਾਡੇ ਮੁੰਡੇ ਦੇ। ਫਿਰ ਸਾਡੇ ਮੁੰਡੇ ਨੇ ਫੜ ਕੇ ਇਹਨਾਂ ਨੂੰ ਥਾਣੇ ਲੈ ਗਏ, ਇੱਕ ਨੰਬਰ ਅਸੀਂ ਲੈ ਜਾਣਾ ਸੀਗਾ ਇਹਨੂੰ ਰਾਮਾ ਮੰਡੀ ਥਾਣੇ, ਮੁੰਡਿਆਂ ਨੂੰ ਪਤਾ ਨਹੀਂ ਸੀਗਾ, ਉਹ ਇੱਕ ਨੰਬਰ ਥਾਣੇ ਲੈ ਗਏ। ਜੋਤੀ ਜੀ ਮੇਰੇ ਨਾਲ ਪਹਿਲਾਂ ਥਾਣੇ ਪਹੁੰਚ ਗਏ ਸੀ, ਅਸੀਂ ਥਾਣੇ ਪਹੁੰਚੇ ਨਾਲ ਹੀ ਉਹਨੂੰ ਥਾਣੇ ਲੈਂਦਾ। ਫਿਰ ਥਾਣੇ ਵਾਲਿਆਂ ਨੇ ਇਹ ਰਾਮਾ ਮੰਡੀ ਥਾਣਿਆਂ ਨੇ ਫੋਨ ਕੀਤਾ, ਮੌਕੇ ਦੀ ਗਈ ਉੱਥੇ ਪੁਲਿਸ ਜਿੱਥੇ ਸਾਡੀ ਵਾਰਵਾ ਹੋਇਆ ਵਾ, ਤੇ ਅਸੀਂ ਲਿੱਦੜਾ ਪੁਲਿਸ ਥੱਲੇ ਨੇ ਗਏ, ਜਿੱਥੇ ਗੱਡੀ ਖੜੀ ਸੀ ਉੱਥੇ ਗਏ ਅਸੀਂ। ਉੱਥੇ ਉਹਨਾਂ ਨੇ ਸਾਨੂੰ ਵੀ ਬੁਲਾਇਆ, ਇਹਨੂੰ ਵੀ ਨਾਲ ਲਿਆਂਦਾ ਥਾਣੇ ਵਾਲਿਆਂ ਨੇ। ਉੱਥੋਂ ਉਹਨਾਂ ਨੇ ਸਾਰਾ ਮੌਕੇ 'ਤੇ ਦੇਖ ਲਿਆ ਜੋ ਵੀ ਸੀਗਾ, ਸਾਨੂੰ ਹੁਣ ਥਾਣੇ ਲੈ ਕੇ ਆਏ ਸੀਗੇ ਇੱਥੇ ਨਾਲ, ਇਹਦੇ ਸਾਡੇ ਬਿਆਨ ਲਿਖੇ ਆ ਜੋ ਜੋ ਸਾਨੂੰ ਇਹ ਹਰਾਸਮੈਂਟ ਕਰਦਾ ਸੀ। ਅੱਜ ਤੋਂ 5 ਮਹੀਨੇ ਪਹਿਲਾਂ ਵੀ ਇਹਨੇ ਨਾ ਨਕੁੱਦ ਚੌਂਕ ਲੱਗੇ ਰੋਕਣ ਦੀ ਕੋਸ਼ਿਸ਼ ਕੀਤੀ ਜੋਤੀ ਜੀ ਨੂੰ, ਉਹ ਵੀ ਕੰਪਲੇਂਟ ਅਸੀਂ ਇੱਕ ਨੰਬਰ ਦੂਜਾ ਨੰਬਰ ਇੱਕ ਦੇ ਵਿੱਚ ਉਹ ਵੀ ਲਿਖੀ ਹੋਈ ਹੈ, ਪੈਂਡਿੰਗ ਪਈ ਆ, ਉਦੋਂ ਵੀ ਪੁਲਿਸ ਨੇ ਇਹਨੂੰ ਫੋਨ ਕਰਕੇ ਬੁਲਾਇਆ, ਉਦੋਂ ਵੀ ਆਇਆ ਨਹੀਂ ਇਹ। ਮਤਲਬ ਸਾਨੂੰ ਕਦੀ ਗਾਲਾਂ ਕੱਢਦਾ ਵਾ, ਕਦੀ ਕੁਛ ਕਰਦਾ, ਕਦੀ ਸਾਨੂੰ ਸ਼ੋਆਂ ਦੇ ਹਮਲੇ ਕਰਾਉਂਦਾ ਸਾਡੇ ਤੇ, ਸਾਡੇ ਸ਼ੋਅ ਵੀ ਫੜਦਾ ਵਾ, ਉਹਨਾਂ 'ਚ ਪੈਸੇ ਖਾ ਲੈਂਦਾ ਵਾ, ਤੇ ਆ ਪਿੱਛੇ ਜੇ ਸਾਡੇ ਨਕੁੱਦੇ ਚੌਂਕ ਲੱਗ ਕੇ ਵੀ ਹਮਲਾ ਹੋਇਆ ਵਾ, ਉਹ ਵੀ ਨਹੀਂ ਅਜੇ ਵੈਰੀਫਾਈ ਹੋਇਆ, ਠੀਕ ਆ। ਮਤਲਬ ਇੱਦਾਂ ਦੀਆਂ ਹਰਕਤਾਂ ਕਰਾਉਂਦਾ ਇਹ, ਕਹਿੰਦਾ ਪੁਲਿਸ ਨੂੰ ਕਹਿੰਦਾ ਕਿ ਸਾਡੀ ਗੱਡੀ ਵਿੱਚ ਗੱਡੀ ਹਿੱਟ ਮਾਰ ਕੇ ਰੋਕੀ ਇਹਨਾਂ ਨੇ, ਸਾਡੀ ਗੱਡੀ 'ਚ ਹਿੱਟ ਹੋਈ, ਸਾਡੀ ਗੱਡੀ ਵੀ ਟੁੱਟੂਗੀ, ਇਹਦੀ ਗੱਡੀ ਟੁੱਟੀ ਹੈ ਜੀ, ਸਾਡੀ ਗੱਡੀ ਦੇਖੋ ਕਿੰਨੀ ਡੈਮੇਜ ਹੋਈ ਹੈ ਜੀ, ਸਾਡੀ ਗੱਡੀ ਇਹਦੇ ਵਿੱਚ ਹਿੱਟ ਹੋਊਗੀ, ਸਾਡੀ ਵੀ ਗੱਡੀ ਵੀ ਟੁੱਟੂਗੀ ਨਾ, ਸਾਡੀ ਗੱਡੀ ਦੱਸੋ ਕਿੱਥੋਂ ਟੁੱਟੀ ਹੈ, ਸਾਡੀ ਗੱਡੀ ਤਾਂ ਪਹਿਲਾਂ ਟੁੱਟੀ ਆ ਜਿਹੜੀ। ਗੱਲ ਕੁਛ ਨਹੀਂ, ਇਹ ਨਾ ਕਿੰਨੇ ਦਿਨਾਂ ਤੋਂ ਨਾ ਤੰਗ ਪਰੇਸ਼ਾਨ ਬਹੁਤ ਕਰਦਾ ਸੀਗਾ, ਤੇ ਮਤਲਬ ਇਦਾਂ ਹੀ ਫੋਨ ਮੈਸੇਜ WhatsApp ਤੇ ਨਾ ਜਾਣ ਕੇ ਮਤਲਬ ਗਲਤ ਮੈਸੇਜ ਕਰਦਾ ਰਹਿੰਦਾ ਸੀਗਾ, ਬਲੈਕਮੇਲ ਕਰਦਾ ਤੇ ਕਾਫੀ ਚੀਜ਼ਾਂ ਤੋਂ ਮਤਲਬ ਇਦਾਂ ਇਮੋਸ਼ਨਲ ਬਲੈਕਮੇਲ ਬਹੁਤ ਕਰਦਾ ਪਿਆ ਸੀਗਾ, ਤੇ ਫਿਰ ਮੈਂ ਇਹਨੂੰ ਅੱਜ ਉਸ ਗੱਲ ਤੋਂ ਮੈਂ ਇਹਨੂੰ ਮਿਲਣਾ ਹੀ ਅੱਜ, ਇਹਨੇ ਬੁਲਾਇਆ ਨਾ ਆਪਾਂ ਨੂੰ, ਤੇ ਇਹਨੇ ਬੁਲਾਇਆ ਫੋਨ ਕਰਕੇ ਨਾ, ਤੇ ਫਿਰ ਮੈਂ ਆਈ ਤੇ ਇਹਨੇ ਮੈਨੂੰ ਉਤੋਂ ਇਹ WhatsApp ਕੋਲ ਆ ਕੇ ਸਾਨੂੰ ਜਦੋਂ ਫੋਨ ਕਰਦੇ WhatsApp ਕੋਲ ਲਗਾਉਂਦਾ ਸੀਗਾ, ਤੇ ਕਦੀ ਕਦੀ ਸਨੈਪਚੈਟ ਤੇ ਕੋਲ ਲਗਾਉਂਦਾ ਸੀਗਾ, ਕਦੀ ਸਨੈਪਚੈਟ ਤੇ ਕਦੀ WhatsApp ਕੋਲ ਲਗਾਉਂਦਾ ਸੀਗਾ ਇਹ ਕਿ ਮੇਰੇ ਕੋਲ ਤੁਹਾਡੇ ਕੋਈ ਪ੍ਰੂਫ ਆ, ਮੈਂ ਮੀਡੀਆ 'ਚ ਦੇਣੇ ਆ ਜਾਂ ਇੱਦਾਂ ਕਰ ਦੇਣੀ ਉੱਦਾਂ ਕਰ ਦੇਣੀ ਆ। ਮਤਲਬ ਕਿ ਸਾਨੂੰ ਮੈਂਟਲੀ ਹਰਾਸਮੈਂਟ ਕਰਦਾ ਸੀਗਾ ਸਾਨੂੰ ਦੋਨਾਂ ਨੂੰ। ਤੇ ਅੱਜ ਨਾ ਇਹਨੇ ਕਿਹਾ ਕਿ ਕਹਿੰਦਾ ਮੈਂ ਲਿੱਦੜਾ ਪੁਲਿਸ ਥੱਲੇ ਖੜਾ, ਤੁਸੀਂ ਉੱਥੇ ਆਓ। ਤੇ ਉੱਥੇ ਜੋਤੀ ਜੀ ਗਏ, ਮੈਨੂੰ ਦੱਸਿਆ ਨਹੀਂ ਘਰੋਂ ਇਹਨਾਂ ਨੇ, ਉੱਥੇ ਜਦੋਂ ਗਏ ਇਹਨਾਂ ਨੇ ਬਦਤਮੀਜ਼ੀ ਕਰਨ ਲੱਗ ਪਿਆ ਇਹ, ਤੇ ਨਾਲ ਇਹਦੇ ਚਾਰ ਮੁੰਡੇ ਸੀ ਹੋਰ ਆਲਟੋ ਗੱਡੀ 'ਚ, ਇਹ ਨਹੀਂ ਪਤਾ ਸਾਨੂੰ ਕੌਣ ਸੀਗੇ, ਅਣਪਛਾਤੇ ਬੰਦੇ ਸੀਗੇ, ਸਾਨੂੰ ਪਛਾਣ ਨਹੀਂ ਹੋਏ। ਮੁੜ ਕੇ ਜਦੋਂ ਜੋਤੀ ਜੀ ਨੇ ਮੈਨੂੰ ਫੋਨ ਕੀਤਾ, ਮੈਂ ਉੱਥੇ ਲੱਗ ਗਿਆ, ਮੇਰੇ ਦੋ ਮੁੰਡੇ ਸੀਗੇ, ਮੈਂ ਉਹਨਾਂ ਨੂੰ ਭੇਜਿਆ, ਇਹਨੇ ਉਹਨਾਂ ਨੂੰ ਦੇਖ ਕੇ ਆਪਣੀ ਗੱਡੀ ਚੜਾ ਲਈ, ਤੇ ਇਹਦੀ ਗੱਡੀ ਦਾ ਵੇਰਕਾ ਮੈਨੂੰ ਪਤਾ ਲੱਗ ਗਿਆ, ਟਾਇਰ ਪੜ ਗਿਆ, ਗੱਡੀ ਟਰੱਕ ਦੇ ਵਿੱਚ ਹਿੱਟ ਹੋਈ, ਤੇ ਉੱਥੇ ਟਾਇਰ ਪੜ ਗਿਆ। ਮੁੜ ਕੇ ਪਠਾਨਕੋਟ ਚੌਂਕ ਲੱਗੇ ਇਹਦੀ ਗੱਡੀ ਰੋਕ ਲਈ ਇਹਨੇ ਆਪੇ, ਜੋ ਟਾਇਰ ਪੱਟਾ ਗੱਡੀ ਚੱਲੀ ਨਹੀਂ, ਟਾਇਰ ਪੱਟੇ ਦੀ ਗੱਡੀ ਚਲਾਉਂਦਾ ਰਿਹਾ ਹੈ, ਤੇ ਟਾਇਰ ਪੱਟੇ ਦੀ ਉਹ ਗੱਡੀ ਨੇ ਰੋਕੀ ਆ। ਸਾਡੇ ਮੁੰਡੇ ਨੇ ਬੈਂਸ ਆਏ ਹੱਥੋਂ ਪਈ, ਉਹਨਾਂ ਥੱਲੇ ਦੰਦੀਆਂ ਵੱਡੀਆਂ ਮੁੰਡੇ ਦੇ ਨੇ, ਠੀਕ ਆ, ਇਹਦੇ ਕਰ ਉਹਨੇ ਕਿਰਪਾਨ ਵੀ ਕੱਟ ਕੇ ਮਾਰੀ ਸਾਡੇ ਮੁੰਡੇ ਦੇ।
ਤੇ ਸਾਡੇ ਮੁੰਡੇ ਨੇ ਫੜ ਕੇ ਇਹਨਾਂ ਨੂੰ ਥਾਣੇ ਲੈ ਕੇ ਇੱਕ ਨੰਬਰ ਅਸੀਂ ਲਿਜਾਣਾ ਸੀਗਾ ਇਹਨੂੰ ਰਾਮਾ ਮੰਡੀ ਥਾਣੇ, ਮੁੰਡੇ ਨੂੰ ਪਤਾ ਨਹੀਂ ਸੀਗਾ ਉਹ ਇੱਕ ਨੰਬਰ ਥਾਣੇ ਲੈ ਕੇ। ਜੋਤੀ ਜੀ ਮੇਰੇ ਨਾਲ ਪਹਿਲਾਂ ਥਾਣੇ ਪਹੁੰਚ ਗਏ ਸੀ, ਅਸੀਂ ਥਾਣੇ ਪਹੁੰਚੇ ਨਾਲ ਹੀ ਉਹਨੂੰ ਥਾਣੇ ਲਿਆਂਦਾ। ਫਿਰ ਥਾਣੇ ਵਾਲਿਆਂ ਨੇ ਤੇ ਰਾਮਾ ਮੰਡੀ ਥਾਣਿਆਂ ਨੂੰ ਫੋਨ ਕੀਤਾ, ਮੌਕੇ 'ਤੇ ਗਈ ਉੱਥੇ ਪੁਲਿਸ ਜਿੱਥੇ ਸਾਡੀ ਵਾਰਵਾ ਹੋਇਆ ਵਾ, ਅਤੇ ਅਸੀਂ ਲਿਧਣਾ ਪੁਲਿਸ ਥੱਲੇ ਨੇ ਗਏ ਜਿੱਥੇ ਗੱਡੀ ਖੜੀ ਸੀ ਉੱਥੇ ਗਏ ਅਸੀਂ। ਉੱਥੇ ਉਹਨਾਂ ਨੇ ਸਾਨੂੰ ਵੀ ਬੁਲਾਇਆ, ਇਹਨੂੰ ਵੀ ਨਾਲ ਲਿਆਂਦਾ ਥਾਣੇ ਵਾਲਿਆਂ ਨੇ। ਉੱਥੋਂ ਉਹਨਾਂ ਨੇ ਸਾਰਾ ਮੌਕੇ 'ਤੇ ਦੇਖ ਲਿਆ ਜੋ ਵੀ ਸੀਗਾ, ਸਾਨੂੰ ਹੁਣ ਥਾਣੇ ਲੈ ਕੇ ਆਏ ਸੀਗੇ ਇੱਥੇ ਨਾਲ ਇਹਦੇ ਸਾਡੇ ਬਿਆਨ ਲਿਖੇ ਆ ਜੋ ਜੋ ਸਾਨੂੰ ਹਰਾਸਮੈਂਟ ਕਰਦਾ ਸੀ। ਅੱਜ ਤੋਂ 5 ਮਹੀਨੇ ਪਹਿਲਾਂ ਵੀ ਇਹਨੇ ਨਾ ਨਕੁੱਦਰ ਚੌਂਕ ਲਾਗੇ ਰੋਕਣ ਦੀ ਕੋਸ਼ਿਸ਼ ਕੀਤੀ ਜੋਤੀ ਜੀ ਨੂੰ, ਉਹ ਵੀ ਕੰਪਲੇਂਟ ਅਸੀਂ ਇੱਕ ਨੰਬਰ ਦੂਜਾ ਨੰਬਰ ਇੱਕ ਦੇ ਵਿੱਚ ਉਹ ਵੀ ਲਿਖੀ ਹੋਈ ਆ, ਪੈਂਡਿੰਗ ਪਈ ਆ। ਉਦੋਂ ਵੀ ਪੁਲਿਸ ਨੇ ਇਹਨੂੰ ਫੋਨ ਕਰਕੇ ਬੁਲਾਇਆ, ਉਦੋਂ ਵੀ ਆਇਆ ਨਹੀਂ ਇਹ, ਮਤਲਬ ਸਾਨੂੰ ਕਦੀ ਗਾਲਾਂ ਕੱਢਦਾ ਵਾ, ਕਦੀ ਕੁਛ ਕਰਦਾ, ਕਦੀ ਸਾਨੂੰ ਸ਼ੋਆਂ ਦੇ ਹਮਲੇ ਕਰਾ ਦਿੰਦਾ ਸਾਡੇ 'ਤੇ, ਸਾਡੇ ਸ਼ੋਅ ਵੀ ਫੜਦਾ ਵਾ, ਉਹਨਾਂ 'ਚ ਵੀ ਪੈਸੇ ਖਾ ਲੈਂਦਾ ਵਾ। ਅਤੇ ਆ ਪਿੱਛੇ ਜੇ ਸਾਡੇ ਨਕੁੱਦਰ ਚੌਂਕ ਲਾਗੇ ਵੀ ਹਮਲਾ ਹੋਇਆ ਵਾ, ਉਹ ਵੀ ਨਹੀਂ ਅਜੇ ਵੈਰੀਫਾਈ ਹੋਇਆ, ਠੀਕ ਆ। ਮਤਲਬ ਇੱਦਾਂ ਦੀਆਂ ਹਰਕਤਾਂ ਕਰਾਉਂਦਾ, ਇਹ ਕਹਿੰਦਾ ਪੁਲਿਸ ਨੇ, ਪੁਲਿਸ ਨੂੰ ਕਹਿੰਦਾ ਵੀ ਸਾਡੀ ਗੱਡੀ ਵਿੱਚ ਗੱਡੀ ਹਿੱਟ ਮਾਰ ਕੇ ਰੋਕੀ ਇਹਨਾਂ ਨੇ, ਸਾਡੀ ਗੱਡੀ 'ਚ ਹਿੱਟ ਹੋਈ ਸਾਡੀ ਗੱਡੀ ਵੀ ਟੁੱਟੂਗੀ, ਇਹਦੀ ਗੱਡੀ ਟੁੱਟੀ ਹੈ ਜੇ ਸਾਡੀ, ਇਹ ਗੱਡੀ ਦੇਖੋ ਕਿੰਨੀ ਡੈਮੇਜ ਹੋਈ ਹੈ ਜੀ, ਸਾਡੀ ਗੱਡੀ ਇਹਦੇ ਵਿੱਚ ਹਿੱਟ ਹੋਊਗੀ ਸਾਡੀ ਵੀ ਗੱਡੀ ਵੀ ਟੁੱਟੂਗੀ ਨਾ, ਸਾਡੀ ਗੱਡੀ ਦੱਸੋ ਕਿੱਥੋਂ ਟੁੱਟੀ ਹੈ, ਸਾਡੀ ਗੱਡੀ ਤਾਂ ਪਹਿਲਾਂ ਟੁੱਟੀ ਆ।